ਉਸ ਨੂੰ ਡਿਕਟੇਸ਼ਨ ਦਿੱਤੀ ਔਰ ਆਸਫ ਜ਼ਰਦਾਰੀ ਸੁਣ ਔਰ ਜਿਹੜਾ ਹੈ ਬਲਾਵਲ ਉਸਨੂੰ ਬਰੀਫ ਕੀਤਾ ਔਰ ਬਰੀਫ ਵੀ ਜਿਹੜੀ ਚੀਜ਼ ਮੈਨੂੰ ਨਜ਼ਰ ਆਈ ਨਜ਼ਰ ਆਉਂਦੀ ਜ਼ਰਦਾਰੀ ਸਾਹਿਬ ਦੇ ਕੋਈ ਦੋ ਤਿੰਨ ਬੜੇ ਕਰੀਬੀ ਦੋਸਤ ਰਵਾਨੀ ਉਹਨਾਂ ਨਾਲ ਵੀ ਉਹਨਾਂ ਕੰਟੈਕਟ ਕੀਤਾ ਉਹਨਾਂ ਅਗਣਾ ਜਿਹੜਾ ਅਗਣਾ ਉਹਨਾਂ ਦਮ ਪਾਇਆ ਉਹ ਦਮ ਬੜਾ ਹੈਰਾਨ ਕੁਨੇ ਹਾਂ ਕਹਿਣਗੇ ਜੀ ਜ਼ਰਦਾਰੀ ਸਾਹਿਬ ਅਸੀਂ ਦੁਆ ਵੀ ਕਰ ਸਕਾਂ ਸਾਰਾ ਕੁਝ ਕਰ ਸਕਾਂ ਤੁਸਾਂ ਕੋਲ ਸਾਰੇ ਮਾਮਲਾਤ ਹੈਣ ਸਾਰੇ ਮਾਮਲਾਤ ਤੁਸਾਂ ਕੋਲ ਲੈਣ ਉਹ ਇਹ ਪਹਿਲੇ ਤੁਸਾਂ ਇਸਤੇਮਾਲ ਕੀਤਾ ਮਰੀਅਮ ਨੂੰ ਨੂਨ ਲੀਕ ਵਾਸਤੇ ਤੁਸਾਂ ਉਸ ਇਸਤੇਮਾਲ ਕੀਤਾ ਤੁਸਾਂ ਮਾਸ਼ਾ ਅੱਲਾਹ ਨਾ ਹੋਣੇ ਲਈ ਹੋਣ ਵਾਲੀ ਨਹੀਂ ਕੋਈ ਸੋਚ ਵੀ ਨਹੀਂ ਸਕਦਾ ਯੂਸਫ ਰਜ਼ਾ ਗਲਾਨੀ ਇਸਲਾਮਾਬਾਦ ਬਣ ਜਾ ਸੀ ਹੈ ਤੁਸਾਂ ਜਿਹੜਾ ਉੱਥੇ ਤੁਸਾਂ ਚੈਨਲ ਫਿੱਟ ਕੀਤਾ ਜਿਹੜੇ ਮਾਮਲਾਤ ਫਿੱਟ ਕੀਤੇ ਉਹ ਤੁਸਾਂ ਬਿਹਤਰੀਨ ਫਿੱਟ ਕੀਤੇ ਨੇ ਔਰ ਬਿਹਤਰੀਨ ਉੱਥੋਂ ਕਾਮਯਾਬੀ ਤੁਸਾਂ ਸਮੇਟੀ ਹੈ ਹੁਣ ਜਿਹੜੀ ਦਮ ਵੀ ਜ਼ਰੂਰੀ ਹੈ ਦਬਾਅ ਵੀ ਜ਼ਰੂਰੀ ਹੈ ਦਮ ਵੀ ਕਰ ਸਾਂ ਦਬਾਅ ਵੀ ਕਰ ਸਾਂ ਹਾਂ ਜੋ ਸਾਡੇ ਕੋਲ ਹੈ ਉਹ ਅਸੀਂ ਵੀ ਕਰ ਸਾਂ ਔਰ ਅਸਾਂ ਤੁਸਾਂ ਨੂੰ ਇੱਕ ਨਿੱਕਾ ਜਿਹਾ ਨੁਕਤਾ ਦੇਂਦੇ ਹੈ ਹੁਣ ਤੁਸੀਂ ਜਿਹੜੇ ਅਲਾਦੀਨ ਨਾਲ ਜਿਹੜਾ ਚਿਰਾਗ ਹੈਗਾ ਨਾ ਅਲਾਦੀਨ ਨਾਲ ਜਿਹੜਾ ਚਿਰਾਗ ਹੈਗਾ ਉਹ ਅੱਜ ਕੱਲ੍ਹ ਰੋਜ਼ ਚਿਰਾਗ ਰਗੜੇ ਨੇ ਤਾਂ ਪਾਕਿਸਤਾਨ ਨੇ ਵਜ਼ੀਰ ਆਜ਼ਮ ਬਣਨੇ ਦੇ ਖੁਆਬ ਤੱਕੇ ਲੱਗੇ ਦੇ ਨੇ ਕਦੀ ਚਿਰਾਗਾਂ ਨੂੰ ਪੁੱਠਾ ਰਗੜਨੇ ਨੇ ਪੁੱਤਰੇ ਹੱਸਦੇ ਕਿ ਵਜ਼ੀਰ ਆਲਾ ਪੰਜਾਬ ਹਮਜ਼ੇ ਨੂੰ ਤੁਸੀਂ ਹੁਣ ਉਹ ਜਿਹੜਾ ਅਲਾਦੀਨ ਹੈ ਸ਼ਬਾਜ਼ ਸ਼ਰੀਫ ਆਜ਼ਾਦ ਕਸ਼ਮੀਰ ਵਿੱਚ ਉਸਨੂੰ ਘੇਰੋ ਇੰਝ ਘੇਰਾ ਲਾਓ ਉਸਨੂੰ ਘੇਰੋ ਘੇਰ ਘੇਰ ਕੇ ਉਸਨੂੰ ਅੰਦਰ ਲੈ ਆਓ ਇੰਝ ਹੈ ਘੇਰ ਕੇ ਹਾਂ ਫਿਰ ਤੁਸੀਂ ਅਗਰ ਉੱਥੇ ਬਣ ਜਾਂਦਾ ਤੁਸਾਂ ਜਿਸ ਤਰ੍ਹਾਂ ਹੈ ਇਸਲਾਮਾਬਾਦ ਅਲੀ ਯੂਸਫ ਰਜ਼ਾ ਗਲਾਨੀ ਅਲੀ ਸੀਟ ਉੱਪਰ ਜਿਸ ਤਰ੍ਹਾਂ ਤੁਸਾਂ ਦਾ ਇਤਿਹਾਦ ਹੋਇਆ ਜਿਹੜੇ ਤੁਸਾਂ ਦੇ ਮਾਮਲਾਤ ਬਣੇ ਇਹ ਮਾਮਲਾ ਤੁਸਾਂ ਦੇ ਬਣ ਜਾਵਣ ਆਜ਼ਾਦ ਕਸ਼ਮੀਰ ਤੁਸੀਂ ਸ਼ਬਾਜ਼ ਸ਼ਰੀਫ ਨੂੰ ਘੇਰ ਲਵੋ ਸਦਰ ਹੋਏ ਮਾਮਲਾਤ ਉਸ ਦਿਨ ਫਾਰੂਕ ਹੈਦਰ ਸੁਣ ਤਾਂ ਉਹ ਕੰਮ ਕੀਤਾ ਨਾ ਆਜ਼ਾਦ ਕਸ਼ਮੀਰ ਵਿੱਚ ਹੈ ਉਹ ਜਿਹੜਾ ਸਦੀਆਂ ਯਾਦ ਰੱਖਿਆ ਗਿਆ ਸੀ ਉਸ ਕੰਮ ਕਾਜ ਕੀਤਾ ਹੀ ਕੋਈ ਨਹੀਂ ਹੈ ਕੋਈ ਕੰਮ ਕਾਜ ਨਹੀਂ ਕੀਤਾ ਸਿਰਫ ਬਸ ਸੂਟੇ ਤੇ ਸੂਟਾ ਉਹ ਲਾਈ ਗਏ ਤੇ ਤਬਾਹੀ ਮਚਾਈ ਗਏ ਹੈ ਉਹਨਾਂ ਸਾਡੀ ਸਤਿਆਨਾਸੀ ਲਾ ਕੇ ਰੱਖ ਦਿੱਤੀ ਸਭ ਤੋਂ ਪਹਿਲੇ ਨੂਨ ਲੀਗ ਦੀ ਸਤਿਆਨਾਸੀ ਲਾਈ ਨਵਾਜ਼ ਸ਼ਰੀਫ ਸੁਣ ਫਿਰ ਲਾਈ ਮਰੀਅਮ ਸੁਣ ਉਸ ਬਾਈ ਰੇਹੀ ਖੇਹੀ ਦੀ ਜਿਹੜੀ ਕਸਰਤ ਸੀ ਆਜ਼ਾਦ ਕਸ਼ਮੀਰ ਵਿੱਚ ਉਹ ਕੱਢ ਛੋੜੀ ਫਾਰੂਕ ਹੈਦਰ ਸਾਹਿਬ ਸੁਣ ਹੈ ਹੁਣ ਤੁਸੀਂ ਇੰਜ ਕਰੋ ਜਿਹੜੀ ਗੱਲ ਮੈਂ ਤੁਹਾਨੂੰ ਦੱਸਣਾ ਇਤਨਾ ਉੱਥੇ ਨੂਨ ਲੀਗ ਨੇ ਇੰਨਾ ਜੰਮੇ ਗਫੀਰ ਨਹੀਂ ਮਾਮਲਾਤ ਇਤਨੇ ਨਹੀਂ ਹੈਗੇ ਨਾ ਨਹੀਂ ਹੈਗੇ ਮੈਂ ਜਿਹੜੀ ਗੱਲ ਆਖਣਾ ਕਈ ਨੂਨ ਲੀਗੀ ਪਾਰਟੀ ਛੋੜਨੇ ਵਾਸਤੇ ਤਿਆਰ ਹੈ ਇਸੀ ਵਾਸਤੇ ਉਹਨਾਂ ਨੂੰ ਇਸ ਗੱਲ ਦਾ ਇਤਮਾਦ ਵੋਟ ਲੋਕ ਨੂਨ ਲੀਗ ਨੂੰ ਨਹੀਂ ਦੇਣ ਲੱਗੇ ਆਜ਼ਾਦ ਕਸ਼ਮੀਰ ਵੀ ਜਿਹੜੇ ਵੋਟ ਮਿਲਦੇ ਉਹ ਬਰਾਦਰੀ ਬੇਸ ਤੇ ਮਿਲਦੇ ਨੇ ਬਰਾਦਰੀ ਦੇ ਚੰਗੇ ਚੰਗੇ ਜਿਹੜੇ ਬੰਦੇ ਹੈਗੇ ਉਹ ਦੂਜੀਆਂ ਪਾਰਟੀਆਂ ਵਿੱਚ ਜਾ ਰਹੇ ਨੇ ਹੈ ਤੁਸੀਂ ਉੱਥੇ ਆਪਣੀ ਸੈਟਿੰਗ ਕਰੋ ਸ਼ਬਾਜ਼ ਸ਼ਰੀਫ ਨਾਲ ਹਮਜ਼ੇ ਨਾਲ ਹਾਂ ਉੱਥੇ ਇਸਤੇਮਾਲ ਕਰੋ ਉੱਥੇ ਪੀਪਲ ਪਾਰਟੀ ਦੀ ਪੋਜੀਸ਼ਨ ਅੱਛੀ ਆ ਬਹੁਤ ਹੀ ਅੱਛੀ ਆ ਬਿਹਤਰੀਨ ਉਹਨਾਂ ਦੀ ਪੋਜੀਸ਼ਨ ਹੈ ਥੋੜ੍ਹਾ ਹੀ ਆਈ ਹਲਕਾ ਹੀ ਆ ਐ ਇੰਜ ਹਲਕਾ ਹੀ ਆਈ ਧਿੱਕਾ ਹੋ ਜਾਵੇ ਇੰਜ ਤੇ ਇੱਕ ਮਿੰਟਾਂ ਹੀ ਗੱਡੀ ਇੰਜ ਸਟਾਰਟ ਹੋ ਜਾਸੀ ਇੰਜ ਗੱਡੀ ਸਟਾਰਟ ਹੋ ਜਾਸੀ ਔਰ ਤੁਸੀਂ ਗੱਡੀ ਉੱਤੇ ਬਹਿ ਕੇ ਮੋਜ਼ੇ ਨਾਲ 5 ਸਾਲ ਫਿਰ ਤੁਸੀਂ ਦੁਬਾਰਾ ਮੋਜ਼ੇ ਲੁੱਟੋ ਹੈ ਮੋਜ਼ੇ ਲੁੱਟੋ ਪਰ ਇੱਕ ਗੱਲ ਯਾਦ ਰੱਖਿਓ ਇਹ ਜਿਹੜਾ ਸ਼ਬਾਜ਼ ਸ਼ਰੀਫ ਆ ਚਿਰਾਗ ਇਸ ਕੋਲ ਹੀ ਆ ਵਜ਼ੀਰ ਆਜ਼ਮ ਅੱਲਾ ਇਹ ਇਸ ਕੋਲ ਆਪਣੇ ਆਸੇ ਰਗੜਨਾ ਪਰ ਉਹ ਕੰਮ ਨਹੀਂ ਕਰਨਾ ਲਾਦੀਨ ਨਾ ਉਹ ਜਿਹੜਾ ਵੀ ਚਿਰਾਗਾ ਵੀ ਜਿਹੜਾ ਬੜਿਆ ਲਾਈ ਹਾਂ ਇਹ ਜ਼ਰਾ ਥੋੜ੍ਹਾ ਜਿਹਾ ਤੁਸੀਂ ਪਾਸਾ ਮਾਰ ਕੇ ਅੱਗੇ ਪਿੱਛੇ ਕਰਕੇ ਇਹ ਤੱਕ ਸੁਣ ਕਿਨੋ ਔਰ ਉਸ ਤੋਂ ਬਾਅਦ ਮੈਨੂੰ ਇਹ ਚੀਜ਼ ਵੀ ਨਜ਼ਰ ਆਉਂਦੀ ਹਾਂ ਨਾਲ ਟਿਕਟ ਵੀ ਨਾਲ ਸੀਟ ਵੀ ਆਜ਼ਾਦ ਕਸ਼ਮੀਰ ਇਲੈਕਸ਼ਨ ਅੰਦਰ ਨਾਲ ਟਿਕਟ ਵੀ ਨਾਲ ਸੀਟ ਵੀ ਨਾਲ 2 ਕਰੋੜ ਰੁਪਈਏ ਵੀ ਉਹ ਖਾਨ ਸਾਹਿਬ ਸੁਣ ਨਹੀਂ ਦੇਣੇ ਉਹ ਅੱਲਾ ਦੇ ਬੰਦੇ ਖਾਨ ਸਾਹਿਬ ਸੁਣ ਨਹੀਂ ਦੇਣੇ ਪਾਰਟੀ ਚ ਪ੍ਰਿੰਸ ਬਹੁਤ ਬੜੇ ਪ੍ਰਿੰਸ ਆ ਗਏ ਹਾਂ ਪਲਾ ਦੇ ਉਹ ਅਰਬਾਂ ਖਰਬਾਂ ਦੇ ਜਿੱਦਾਂ ਦਾ ਪਾਕਿਸਤਾਨ ਦਾ ਬਜਟ ਬਣਦਾ ਇੰਨੇ ਪੈਸੇ ਦੇ ਇਹਨਾਂ ਤੋਂ ਉਹਨਾਂ ਦਾ ਟੈਕਸ ਬਣਨਾ ਤੁਸਾਂ ਸਮਝ ਵੀ ਨਹੀਂ ਹੈਗੀ ਹਾਂ ਉਹ ਸਾਰੇ ਜਿਹੜੇ ਉਹ ਆਖਦਾ ਮੈਨੂੰ ਵਜ਼ੀਰ ਆਜ਼ਮ ਬਣਾਓ ਤੇ
ਇਹ ਸਾਰਾ ਕੁਝ ਮੇਰੇ ਕੋਲੋਂ ਲੈ ਲਓ, ਇਹ ਵੀ ਲੈ ਲਓ, ਇਹ ਵੀ ਲੈ ਲਓ, ਸੀਟਾਂ ਆਪਣੇ ਆਪ ਉੱਥੇ ਬੜੇ ਮਾਮਲਾਤ ਬਣ ਸਨ, ਥੋੜੀ ਚਲਾਕੀ ਨਾਲ ਸੀਟ ਕੱਢਣੀ ਪੈਸੀ, ਇਹਦਾ ਹੋਸ਼ ਦੇ ਨਾਖਣ ਲਏ, ਹੋਸ਼ ਦੇ ਹੋਸ਼ ਦੇ ਹੋਸ਼। ਜਿਹੜੀ ਗੱਲ ਮੈਂ ਤੁਹਾਨੂੰ ਆਖਣਾ ਸਾਂ, ਜਿਹੜੀ ਆਜ਼ਾਦ ਕਸ਼ਮੀਰ ਦੀ ਜਿਹੜੀ ਇੰਜ ਕਲੀਅਰ ਜਿਹੜਾ ਰਿਜ਼ਲਟ ਨਜ਼ਰ ਆਉਂਦਾ, ਜਿਹੜੀਆਂ ਚੀਜ਼ਾਂ ਮੈਨੂੰ ਨਜ਼ਰ ਆਉਂਦੀਆਂ, ਬੜੇ ਬੜੇ ਜਿਹੜੇ ਨੇ, ਬੜੇ 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 ਜਿਹੜੇ ਇਰਮੇਰੀਕਲ ਸੁਣੀ ਐਮ ਐਨ ਐਨ ਇਰਮੇਰੀਕਲ ਸੁਣ ਆਜ਼ਾਦ ਕਸ਼ਮੀਰ ਨੇ, ਹੈ ਪੁਰਾਣੇ ਨਵੇਂ ਇਰਮੇਰੀਕਲ ਸੁਣੀ, ਵਜ਼ੀਰ ਆਜ਼ਮ ਦੂਏ ਤ੍ਰੀਏ ਸਾਰੇ ਇਰਮੇਰੀਕਲ ਸੁਣੀ ਕਿੰਨੀਆਂ, ਬੇਸ਼ੁਮਾਰ ਇਰਮੇਰੀਕਲ ਸੁਣੀ ਕਿੰਨੀਆਂ, ਸਾਬਕਾ ਜਿਤਨੇ ਵੀ ਹੈ ਨਹੀਂ ਇਰਮੇਰੀਕਲ ਸੁਣੀ ਕਿੰਨੀਆਂ, ਔਰ ਮੌਜੂਦਾ ਕਈ ਵੱਡੇ ਵੱਡੇ ਐਲੀਵੇਟ ਇਰਮੇਰੀਕਲ ਸੁਣੀ ਕਿੰਨੀਆਂ, ਉਹ ਇਲੈਕਸ਼ਨ ਹਾਰ ਜਸਨ, ਹਾਂ ਹਾਰ ਜਸਨ, ਵੱਡੇ ਵੱਡੇ ਨਾਮੀ ਗ੍ਰਾਮੀ ਇਰਮੇਰੀਕਲ ਸੁਣੀ ਕਿੰਨੀਆਂ, ਹਾਂ ਜਿਨ੍ਹਾਂ ਦੇ ਬੜੇ ਨਾਂ, ਬੜਾ ਜਿਨ੍ਹਾਂ ਦਾ ਤੋਤੀ ਬੋਲਣਾ ਇਧਰ ਮੇਰੀ ਗੱਲ ਸੁਣੀ ਗਈ ਨਹੀਂ। ਔਰ ਜਿਹੜੀ ਗੱਲ ਮੈਂ ਤੁਹਾਡੇ ਨਾਲ ਉਹ ਕਰਨੀ ਚਾਹੁੰਦਾ, ਔਰ ਦੂਸਰੀ ਗੱਲ ਹੈਗੀ ਮੇਰੀ ਗੱਲ ਸੁਣੀ ਗਈ ਨਹੀਂ, ਔਰ ਜਿਹੜਾ ਸਿਲਸਿਲਾ ਹੈ, ਅਗਰ ਅਲਾ ਕਰ ਲਿਆ ਕਿਸੇ ਨਾਲ, ਇਤਿਹਾਦ ਕਰ ਲਿਆ ਇਹ ਮੇਰੀ ਗੱਲ ਸੁਣੀ ਗਈ ਨਹੀਂ, ਪੀ ਟੀ ਆਈ ਸੁਣ ਕਿਸੇ ਨਾਲ ਵੀ, ਖਾਸ ਕਰਕੇ ਮੁਸਲਿਮ ਕਾਨਫਰੰਸ ਨਾਲ, ਮੇਰੀ ਗੱਲ ਇਹ ਸਮਝ ਆਈ, ਮੁਸਲਿਮ ਕਾਨਫਰੰਸ ਨਾਲ ਇਤਿਹਾਦ ਕਰ ਲਿਆ, ਔਰ ਮੈਨੂੰ ਬਿਲਕੁਲ 100% ਇਹ ਗੱਲ ਨਜ਼ਰ ਆਉਂਦੀ ਪਈ, ਇਹ ਮੇਰੀ ਗੱਲ ਸੁਣੀ ਕਿੰਨੀ ਆ, ਔਰ ਮੁਜ਼ਫਰਾਬਾਦ ਸ਼ਹਿਰ ਅੰਦਰੋਂ, ਔਰ ਜਿਹੜੀ ਮੇਰੀ ਸੁਣ ਅੱਗੇ ਪਿੱਛੇ ਜਿਹੜੀ ਜਿੰਨੀਆਂ ਵੀ ਸ਼ਹਿਰ ਦੀਆਂ ਸੀਟਾਂ ਹੈਗੀਆਂ, ਇਹ ਮੇਰੀ ਗੱਲ ਸੁਣੀ ਕਿੰਨੀ ਆ, ਉਹ ਸਾਰੀਆਂ ਤਾਰੀਖ਼ ਇਨਸਾਫ ਦੀਆਂ ਸੀਟਾਂ ਹੈਗੀਆਂ, ਔਰ ਤਾਰੀਖ਼ ਇਨਸਾਫ ਉੱਥੋਂ ਜਿੱਤ ਸੀ, ਇਹ ਮੇਰੀ ਗੱਲ ਸੁਣੀ ਕਿੰਨੀ ਆ, ਔਰ ਫਿਰ ਹਕੂਮਤ ਵੀ ਤਾਰੀਖ਼ ਇਨਸਾਫ ਬੜਾ ਸੀ, ਅਗਰ ਇਸ ਇਤਿਹਾਦ ਮੁਸਲਿਮ ਕਾਨਫਰੰਸ ਨਾਲ ਨਾ ਕੀਤਾ, ਮੁਸਲਿਮ ਕਾਨਫਰੰਸ ਵਾਹਿਦ ਜਮਾਇਤ ਹੈ ਆਜ਼ਾਦ ਕਸ਼ਮੀਰ ਦੀ, ਜਿਹੜੀ ਬੁਨਿਆਦੀ ਮੇਰੀ ਗੱਲ ਸੁਣੀ ਕਿੰਨੀ ਆ, ਬੁਨਿਆਦੀ ਆਜ਼ਾਦ ਕਸ਼ਮੀਰ ਦੇ, ਆਹ ਬੁਨਿਆਦੀ ਆਜ਼ਾਦ ਕਸ਼ਮੀਰ ਦਾ ਤਹਿਫ਼ੁਜ਼ ਕਰਦੀ, ਔਰ ਇਹ ਤਹਿਫ਼ੁਜ਼ ਦੀ ਜਮਾਤ ਹੈ ਇਧਰ ਮੇਰੀ ਗੱਲ ਸੁਣੀ ਕਿੰਨੀ ਆ, ਇਹ ਆਜ਼ਾਦ ਕਸ਼ਮੀਰ ਦੀ ਆਪਣੀ ਜਮਾਤ ਹੈ ਮੁਸਲਿਮ ਕਾਨਫਰੰਸ, ਇਹ ਬਕਾਇਆ ਜਿਹੜੀ ਹੈਗੀ ਨੂਨ ਲੀਗ ਹੋ ਗਈ, ਪੀਪਲ ਪਾਰਟੀ ਹੋ ਗਈ, ਤਾਰੀਖ ਇਨਸਾਫ਼ ਹੋ ਗਈ, ਇਹ ਤਾਂ ਮੇਰੀ ਗੱਲ ਸੁਣ, ਜਿਵੇਂ ਕਿਰਾਏ ਦੇ ਕਾਤਲ ਹੁੰਦੇ, ਕਿਰਾਏ 'ਤੇ ਗੱਡੀਆਂ ਲੱਭਣੀਆਂ ਨੇ ਮੇਰੀ ਗੱਲ ਸੁਣੀ ਕਿੰਨੀ ਆ, ਕਿਰਾਏ 'ਤੇ ਜਹਾਜ਼ ਵੀ ਲੱਭ ਰਹੇ ਨੇ ਮੇਰੀ ਗੱਲ ਸੁਣੀ ਕਿੰਨੀ ਆ, ਆ ਇਹ ਇਸ ਤਰੀਕੇ ਨਾਲ ਇਹ ਹੀ ਪਾਰਟੀਆਂ ਨੇ ਮੇਰੀ ਗੱਲ ਸੁਣੀ ਕਿੰਨੀ ਆ, ਆ ਮੁਸਲਿਮ ਕਾਨਫਰੰਸ ਸਰਦਾਰ ਅਤੀਕ ਸਾਹਿਬ ਇਹ ਮੇਰੀ ਗੱਲ ਸੁਣੀ ਕਿੰਨੀ ਆ, ਚੰਗੇ ਲੋਕ ਅੱਛੇ ਲੋਕ ਨੇ ਇਧਰ ਮੇਰੀ ਗੱਲ ਸੁਣੀ ਕਿੰਨੀ ਆ, ਬਹੁਤ ਸ਼ਾਨਦਾਰ ਲੋਕ ਨੇ ਇਧਰ ਮੇਰੀ ਗੱਲ ਸੁਣੀ ਕਿੰਨੀ ਆ, ਹੈ ਔਰ ਅੱਲਾਹ ਤਾਲਾ ਇਨਸ਼ਾ ਅੱਲਾਹ ਉਹਨਾਂ ਨੂੰ ਕਾਮਯਾਬੀ ਦੇਸੀ, ਅੱਲਾਹ ਪਾਕ।